ਸਾਹਿਬ ਸ਼੍ਰੀ ਅਕਾਲ ਤਖ਼ਤ ਸਾਹਿਬ ਪਹੁੰਚਿਆ ਸੁਖਬੀਰ ਸਿੰਘ ਬਾਦਲ। ਕੱਲ੍ਹ ਉਹਨਾਂ ਨੂੰ ਤਨਖਾਹੀਆ ਕਰਾਰ ਦਿੱਤਾ ਗਿਆ ਸੀ ਔਰ ਉਸ ਤੋਂ ਬਾਅਦ ਹੁਣ ਸੁਖਬੀਰ ਸਿੰਘ ਬਾਦਲ ਪਹੁੰਚੇ ਨੇ ਔਰ ਉਹਨਾਂ ਦੇ ਸਹਿਯੋਗੀ ਮੰਤਰੀ ਵੀ ਨਾਲ ਪਹੁੰਚੇ ਆ। ਉਹਨਾਂ ਦੇ ਸਾਥੀ ਜੋ ਤਤਕਾਲੀ ਮੰਤਰੀ ਰਹੇ ਨੇ ਉਹ ਵੀ ਨਾਲ ਪਹੁੰਚੇ ਨੇ ਸੁਖਬੀਰ ਸਿੰਘ ਬਾਦਲ ਹੁਣਾਂ ਦੇ ਨਾਲ, ਕਿਉਂਕਿ ਜਦੋਂ ਸੁਖਬੀਰ ਸਿੰਘ ਬਾਦਲ ਹੁਣਾਂ ਨੂੰ ਤਨਖਾਹੀਆ ਕਰਾਰ ਦਿੱਤਾ ਗਿਆ, ਜਿਹੜੀਆਂ ਉਹਨਾਂ ਨੇ ਗਲਤੀਆਂ ਕੀਤੀਆਂ ਉਹਨਾਂ ਨੂੰ ਲੈ ਕੇ ਉਹਨਾਂ ਦੇ ਸਹਿਯੋਗੀ ਜੋ ਹੁਣ ਬਾਗੀ ਧੜੇ ਦੇ ਲੀਡਰ ਨੇ ਔਰ ਅਕਾਲੀ ਦਲ ਸੁਧਾਰ ਲਹਿਰ ਚਲਾ ਰਹੇ ਨੇ ਔਰ ਉਹਨਾਂ ਦੇ ਵੱਲੋਂ ਸ਼੍ਰੀ ਅਕਾਲ ਤਖ਼ਤ ਸਾਹਿਬ 'ਤੇ ਪੇਸ਼ ਹੋ ਕੇ ਗੱਲ ਕਹੀ ਗਈ ਸੀ ਕਿ ਜਿਹੜੀਆਂ ਗਲਤੀਆਂ ਹੋਈਆਂ ਨੇ ਸੁਖਬੀਰ ਸਿੰਘ ਬਾਦਲ ਉਹਨਾਂ ਦੀ ਮੁਆਫ਼ੀ ਮੰਗਣ। ਤਾਂ ਐਕਸਕਲੂਸਿਵ ਤਸਵੀਰਾਂ ਦਿਖਾ ਰਹੇ ਹਾਂ ਪ੍ਰੋ ਪੰਜਾਬ ਟੀਵੀ 'ਤੇ, ਤੁਹਾਨੂੰ ਸੁਖਬੀਰ ਸਿੰਘ ਬਾਦਲ ਪਹੁੰਚੇ ਆ ਅੰਮ੍ਰਿਤਸਰ ਤਖ਼ਤ ਸ਼੍ਰੀ ਅਕਾਲ ਤਖ਼ਤ ਸਾਹਿਬ 'ਤੇ ਪਹੁੰਚੇ ਆ ਔਰ ਉੱਥੇ ਜਾ ਕੇ ਆਪਣਾ ਸਪਸ਼ਟੀਕਰਨ ਦੇਣਗੇ ਸੁਖਬੀਰ ਸਿੰਘ ਬਾਦਲ। ਸਪਸ਼ਟੀਕਰਨ ਕੀ ਦਿੰਦੇ ਆ ਇਹ ਦੇਖਣਾ ਹੋਏਗਾ, ਪਰ ਉਹਨਾਂ ਦੇ ਨਾਲ ਉਹਨਾਂ ਦੇ ਸਹਿਯੋਗੀ ਮੰਤਰੀ ਨੇ ਸ਼ਰਨਜੀਤ ਢਿੱਲੋਂ, ਦਲਜੀਤ ਚੀਮਾ, ਗੁਲਜ਼ਾਰ ਸਿੰਘ ਰਣੀਕੇ ਵੀ ਉਹਨਾਂ ਦੇ ਨਾਲ ਨੇ। ਤਾਂ 2007 ਤੋਂ 2017 ਤੱਕ ਜੋ ਬਤੌਰ ਮੰਤਰੀ ਰਹੇ ਨੇ ਉਹ ਵੀ ਸਪਸ਼ਟੀਕਰਨ ਦੇਣ, ਇਹ ਗੱਲ ਕਹੀ ਗਈ ਸੀ ਸ਼੍ਰੀ ਅਕਾਲ ਤਖ਼ਤ ਸਾਹਿਬ ਤੋਂ ਹੁਕਮ ਹੋਇਆ ਸੀ ਇਸ ਤਰ੍ਹਾਂ ਦਾ। ਔਰ ਉਸ ਤੋਂ ਬਾਅਦ ਇਹ ਵੀ ਗੱਲ ਕਹੀ ਗਈ ਕਿ ਸੁਖਬੀਰ ਸਿੰਘ ਬਾਦਲ ਨਿਮਾਣੇ ਸਿੱਖ ਦੀ ਤਰ੍ਹਾਂ ਪੇਸ਼ ਹੋਣ। ਤਾਂ ਨਿਮਾਣੇ ਸਿੱਖ ਦੀ ਡੈਫੀਨੇਸ਼ਨ ਕੀ ਹੈ ਇਹ ਵੀ ਦੇਖਣਾ ਹੋਏਗਾ, ਕਿਉਂਕਿ ਜਿਸ ਤਰੀਕੇ ਦੇ ਨਾਲ ਵਿਰੋਧੀਆਂ ਨੇ ਇਹ ਸਵਾਲ ਚੁੱਕੇ ਕਿ ਸੁਖਬੀਰ ਸਿੰਘ ਬਾਦਲ ਨੂੰ ਅਸਤੀਫਾ ਦੇ ਦੇਣਾ ਚਾਹੀਦਾ, ਔਰ ਨਾਲ ਹੀ ਉਹਨਾਂ ਨੇ ਇੱਕ ਦਿਨ ਪਹਿਲਾਂ ਬਲਵਿੰਦਰ ਸਿੰਘ ਭੁੰਦੜ ਹੁਣਾਂ ਨੂੰ ਬਣਾਇਆ ਸੀ ਕਾਰਜਕਾਰੀ ਪ੍ਰਧਾਨ, ਔਰ ਉੱਥੇ ਹੀ ਰੋਜ਼ੀ ਬਰਕੰਦੀ ਵੀ ਨਾਲ ਤਸਵੀਰਾਂ ਦੇ ਵਿੱਚ ਨਜ਼ਰ ਆ ਰਹੇ ਨੇ। ਸੁਖਬੀਰ ਸਿੰਘ ਬਾਦਲ ਨੇ, ਰੋਜ਼ੀ ਬਰਕੰਦੀ ਨੇ, ਮਹੇਸ਼ਇੰਦਰ ਗਰੇਵਾਲ ਨੇ, ਬੰਟੀ ਰਮਾਣਾ ਵੀ ਨਾਲ ਨਜ਼ਰ ਆ ਰਹੇ ਨੇ ਤਸਵੀਰਾਂ ਦੇ ਵਿੱਚ। ਤਾਂ ਤਮਾਮ ਲੀਡਰ ਜੋ ਪਹੁੰਚੇ ਆ ਤਖ਼ਤ ਸਾਹਿਬ 'ਤੇ, ਸ਼੍ਰੀ ਅਕਾਲ ਤਖ਼ਤ ਸਾਹਿਬ 'ਤੇ, ਔਰ 2007 ਤੋਂ 2017 ਤੱਕ ਅਕਾਲੀ ਸਰਕਾਰ ਵੇਲੇ ਮੰਤਰੀ ਰਹੇ ਸਿੱਖ ਆਗੂ ਵੀ ਪੇਸ਼ ਹੋਣਗੇ, ਇਸ ਤਰ੍ਹਾਂ ਦੀ ਗੱਲ ਕਹੀ ਜਾ ਰਹੀ ਸੀ। ਹਾਲਾਂਕਿ ਉਹਨਾਂ 'ਚ ਬਾਗੀ ਧੜੇ ਦੇ ਜੋ ਲੀਡਰ ਹੈ ਉਹ ਨਾਲ ਨਹੀਂ ਹੋਣਗੇ, ਜਿਹੜੇ ਸੁਖਬੀਰ ਸਿੰਘ ਬਾਦਲ ਹੋਣਾਂ ਦੇ ਨਾਲ ਨੇ ਉਹੀ ਇਹਨਾਂ ਤਸਵੀਰਾਂ ਦੇ ਵਿੱਚ ਤੁਹਾਨੂੰ ਨਜ਼ਰ ਆ ਰਹੇ ਨੇ। ਔਰ ਗੁਲਜ਼ਾਰ ਸਿੰਘ ਰਣੀਕੇ ਵੀ ਨਾਲ ਨੇ, ਡਾਕਟਰ ਦਲਜੀਤ ਚੀਮਾ ਵੀ ਨਾਲ ਪਹੁੰਚੇ ਨੇ, ਰੋਜ਼ੀ ਬਰਕੰਦੀ ਵੀ ਨਾਲ ਨੇ। ਸਪਸ਼ਟੀਕਰਨ ਦੇਣ ਦੇ ਲਈ ਸੁਖਬੀਰ ਸਿੰਘ ਬਾਦਲ ਪਹੁੰਚੇ, ਔਰ ਇਸ ਤੋਂ ਬਾਅਦ ਕੋਈ ਅਗਲਾ ਫੈਸਲਾ ਕੀ ਹੋਣਾ, ਅਗਲੀ ਕੀ ਕੋਈ ਧਾਰਮਿਕ ਸਜ਼ਾ ਲਾਈ ਜਾਣੀ ਹੈ ਸੁਖਬੀਰ ਸਿੰਘ ਬਾਦਲ ਹੁਣਾਂ ਨੂੰ ਜਾਂ ਕੀ ਸਜ਼ਾ ਦਿੱਤੀ ਜਾਣੀ ਹੈ, ਉਹ ਫੈਸਲਾ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦਾ ਹੋਏਗਾ ਜਦੋਂ ਪੰਜ ਸਿੰਘ ਸਾਹਿਬਾਨਾਂ ਦੀ ਮੀਟਿੰਗ ਹੋਏਗੀ। ਮੀਟਿੰਗ ਦੇ ਵਿੱਚ ਇਹ ਫੈਸਲਾ ਵਿਚਾਰਿਆ ਜਾਏਗਾ ਕਿ ਆਖਿਰਕਾਰ ਸੁਖਬੀਰ ਸਿੰਘ ਬਾਦਲ ਖੁਣਾ ਨੂੰ ਲੈ ਕੇ ਕੀ ਫੈਸਲਾ ਲੈਣਾ। ਤਾਂ ਕੱਲ੍ਹ ਸਿੰਘ ਸਾਹਿਬਾਨ ਨੇ ਸੁਖਬੀਰ ਸਿੰਘ ਬਾਦਲ ਨੂੰ ਤਨਖਾਹੀਆ ਕਰਾਰ ਦਿੱਤਾ ਸੀ, ਔਰ ਉਸ ਤੋਂ ਬਾਅਦ ਅੱਜ ਸੁਖਬੀਰ ਸਿੰਘ ਬਾਦਲ ਪਹੁੰਚਿਆ ਸਪਸ਼ਟੀਕਰਨ ਦੇਣ ਦੇ ਲਈ। ਬਤੌਰ ਡਿਪਟੀ CM ਸੀਗੇ ਉਦੋਂ ਸੁਖਬੀਰ ਸਿੰਘ ਬਾਦਲ, ਔਰ ਇਸ ਦੇ ਨਾਲ ਹੀ ਜੋ ਹੋਰ ਕਈ ਸਾਬਕਾ ਮੰਤਰੀ ਵੀ ਸ਼੍ਰੀ ਅਕਾਲ ਤਖ਼ਤ ਸਾਹਿਬ 'ਤੇ ਪਹੁੰਚੇ। ਪਰ ਦੇਖਣਾ ਹੋਏਗਾ ਕੀ ਹੁੰਦਾ ਕੀ ਆ, ਇਸ ਨੂੰ ਲੈ ਕੇ ਕੀ ਅੱਗੇ ਫੈਸਲਾ ਆਉਂਦਾ, ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਵੱਲੋਂ ਕੀ ਕੋਈ ਠੋਸ ਫੈਸਲਾ ਸੁਣਾਇਆ ਜਾਂਦਾ, ਕੋਈ ਸਜ਼ਾ ਲਾਈ ਜਾਂਦੀ। ਹਾਲਾਂਕਿ 15 ਦਿਨਾਂ ਦਾ ਸਮਾਂ ਦਿੱਤਾ ਗਿਆ ਸੀ ਸਪਸ਼ਟੀਕਰਨ ਦੇ ਲਈ, ਔਰ ਉੱਥੇ ਹੀ ਜਦੋਂ ਬਾਗੀ ਧੜੇ ਦੇ ਲੀਡਰਾਂ ਨਾਲ ਗੱਲ ਹੋਈ ਤਾਂ ਉਹ ਕਹਿੰਦੇ ਕਿ ਅਸੀਂ ਮੰਤਰੀਆਂ ਦੇ ਨਾਲ ਜੋ ਉਸ ਵੇਲੇ ਮੰਤਰੀ ਰਹੇ ਉਹਨਾਂ ਦੇ ਨਾਲ ਸਲਾਹ ਮਸ਼ਵਰਾ ਕਰ ਰਹੇ ਹਾਂ। ਹਾਲਾਂਕਿ ਬੀਬੀ ਜਗੀਰ ਕੌਰ ਕਹਿੰਦੇ ਮੈਂ ਤਾਂ 15 ਕੁ ਦਿਨ ਮੰਤਰੀ ਰਹੀ ਸੀ, ਫਿਰ ਮੈਨੂੰ ਰਿਜ਼ਾਈਨ ਕਰਨਾ ਪਿਆ ਸੀਗਾ, ਔਰ ਮੇਰੇ ਵੱਲੋਂ ਤਾਂ ਕੋਈ ਗਲਤੀਆਂ ਗੁਸਤਾਖੀਆਂ ਹੋਈਆਂ ਨਹੀਂ, ਪਰ ਜੋ ਵੀ ਮੇਰੇ ਵੱਲੋਂ ਕੁਛ ਹੋਇਆ ਹੋਏਗਾ ਤਾਂ ਮੈਂ ਉਹਨਾਂ ਦੇ ਲਈ ਜਾਊਂਗੀ ਸ਼੍ਰੀ ਅਕਾਲ ਤਖ਼ਤ ਸਾਹਿਬ, ਤਾਂ ਜੋ ਵੀ ਮੈਨੂੰ ਸਜ਼ਾ ਲਾਈ ਜਾਊਗੀ ਮੈਂ ਮੰਨੂਗੀ, ਇਹ ਗੱਲ ਉਹਨਾਂ ਦੇ ਵੱਲੋਂ ਕਹੀ ਗਈ ਸੀ। ਤਾਂ ਤਨਖਾਹੀਆਂ ਐਲਾਨੇ ਜਾਣ ਮਗਰੋਂ ਸੁਖਬੀਰ ਸਿੰਘ ਬਾਦਲ ਸ਼੍ਰੀ ਅਕਾਲ ਤਖ਼ਤ ਸਾਹਿਬ 'ਤੇ ਪਹੁੰਚੇ ਨੇ, ਔਰ ਉੱਥੇ ਹੀ ਮੌਕੇ 'ਤੇ ਜੋ ਮੰਤਰੀ ਰਹੇ ਨੇ ਉਹ ਵੀ ਨਾਲ ਮੌਜੂਦ ਨੇ, ਉਹ ਵੀ ਨਾਲ ਮੌਜੂਦ ਨੇ। ਤਸਵੀਰਾਂ ਦੇ ਵਿੱਚ ਦੇਖੇ ਜਾ ਸਕਦੇ ਨੇ, ਐਕਸਕਲੂਸਿਵ ਤਸਵੀਰਾਂ ਪ੍ਰੋ ਪੰਜਾਬ ਟੀਵੀ 'ਤੇ ਦਿਖਾ ਰਹੇ ਹਾਂ ਤੁਹਾਨੂੰ। ਦੇਖਣਾ ਹੋਏਗਾ ਕੀ ਸਪਸ਼ਟੀਕਰਨ ਦਿੰਦੇ ਆ ਸੁਖਬੀਰ ਸਿੰਘ ਬਾਦਲ ਅੱਜ, ਕਿਉਂਕਿ ਸਪਸ਼ਟੀਕਰਨ ਉਹਨਾਂ ਨੇ ਦੇਣਾ ਜੋ ਵੀ ਗਲਤੀਆਂ ਗੁਸਤਾਖੀਆਂ ਹੋਈਆਂ, ਹਾਲਾਂਕਿ ਕਈ ਵਾਰ ਭੁੱਲਾਂ ਬਖਸ਼ਾਈਆਂ ਗਈਆਂ, ਪਰ ਬਾਗੀ ਧੜੇ ਵੱਲੋਂ ਕਿਹਾ ਗਿਆ ਕਿ ਭੁੱਲਾਂ
ਇਸ ਤਰੀਕੇ ਨਾਲ ਨਹੀਂ ਬਖਸ਼ਾਈਆਂ ਜਾਂਦੀਆਂ। ਜੇ ਇੱਕ ਪੂਰਾ ਡੈਕੋਰਮ ਹੁੰਦਾ, ਸ਼੍ਰੀ ਅਕਾਲ ਤਖਤ ਸਾਹਿਬ ਦਾ ਇੱਕ ਡੈਕੋਰਮ ਹੈ ਪੂਰਾ, ਔਰ ਮਾਨ ਮਰਿਆਦਾ ਜਿਹੜੀ ਉਸ ਦੇ ਹਿਸਾਬ ਦੇ ਨਾਲ ਮੁਆਫ਼ੀ ਮੰਗਣ ਸੁਖਬੀਰ ਸਿੰਘ ਬਾਦਲ, ਇਹ ਗੱਲ ਕਹੀ ਗਈ ਸੀ। ਔਰ ਉਸ ਤੋਂ ਬਾਅਦ ਫਿਰ ਜੋ ਵੀ ਪ੍ਰੋਸੈਸ ਹੋਏਗਾ ਉਸਨੂੰ ਫੋਲੋ ਕੀਤਾ ਜਾਵੇ। ਤਾਂ ਨਾਲ ਹੀ ਅੱਜ ਵੀ ਸਵਾਲ ਉੱਠੇ ਕਿ ਜੋ ਤਨਖਾਹੀਆ ਸਿੱਖ ਹੁੰਦਾ ਉਹ ਕਿਸੇ ਵੀ ਤਰ੍ਹਾਂ ਕੋਈ ਇੰਟਰਫੇਰੈਂਸ ਨਾ ਕਰੇ ਪੂਰੀ ਪਾਰਟੀ ਦੇ ਵਿੱਚ, ਇਹ ਗੱਲ ਕਹੀ ਗਈ ਬਾਗੀਆਂ ਦੇ ਵੱਲੋਂ। ਤਾਂ ਇਹ ਤਸਵੀਰਾਂ ਦਿਖਾ ਰਹੇ ਤੁਹਾਨੂੰ, ਸ਼੍ਰੀ ਅਕਾਲ ਤਖਤ ਸਾਹਿਬ ਪਹੁੰਚੇ, ਸੁਖਬੀਰ ਸਿੰਘ ਬਾਦਲ, ਸਪਸ਼ਟੀਕਰਨ ਉਹਨਾਂ ਦੇ ਵੱਲੋਂ ਦਿੱਤਾ ਜਾਣਾ। ਸਪਸ਼ਟੀਕਰਨ ਕੀ ਦਿੰਦੇ ਆ ਇਹ ਦੇਖਣਾ ਹੋਏਗਾ। ਹਾਲਾਂਕਿ ਉਹਨਾਂ ਦੇ ਨਾਲ ਕੁਝ ਅਕਾਲੀ ਦਲ ਦੇ ਹੋਰ ਲੀਡਰ ਵੀ ਨਾਲ ਮੌਜੂਦ ਨੇ, ਜਿਨ੍ਹਾਂ ਦੇ ਵਿੱਚੋਂ ਮਹੇਸ਼ਇੰਦਰ ਗਰੇਵਾਲ ਨੇ, ਰੋਜ਼ੀ ਬਰਕੰਦੀ ਨੇ ਨਾਲ ਤਸਵੀਰਾਂ ਦੇ ਵਿੱਚ ਨਜ਼ਰ ਆ ਰਹੇ, ਬੰਟੀ ਰਮਾਣਾ ਵੀ ਨਾਲ ਨਜ਼ਰ ਆ ਰਹੇ ਨੇ ਤਸਵੀਰਾਂ 'ਚ ਮਹੇਸ਼ਇੰਦਰ ਗਰੇਵਾਲ ਨੇ, ਤਾਂ ਕਈ ਲੀਡਰ ਨੇ। ਹਾਲਾਂਕਿ ਡਾਕਟਰ ਦਲਜੀਤ ਚੀਮਾ ਮੰਤਰੀ ਰਹੇ ਆ। ਤਾਂ ਇਹ ਜਿਸ ਤਰੀਕੇ ਦੇ ਨਾਲ ਹੁਣ ਸੁਖਬੀਰ ਸਿੰਘ ਬਾਦਲ ਪਹੁੰਚੇ ਆ, ਇਹ ਗੱਲ ਕਹੀ ਗਈ ਸੀ ਕਿ ਨਿਮਾਣੇ ਸਿੱਖ ਦੀ ਤਰ੍ਹਾਂ ਸੁਖਬੀਰ ਸਿੰਘ ਬਾਦਲ ਪੇਸ਼ ਹੋਣ ਸ਼੍ਰੀ ਅਕਾਲ ਤਖਤ ਸਾਹਿਬ 'ਤੇ। ਤਾਂ ਉੱਥੇ ਹੀ ਸੁਖਬੀਰ ਬਾਦਲ ਹੁਣਾਂ ਦੇ ਵੱਲੋਂ ਬਿਆਨ ਵੀ ਆਇਆ ਸੀ ਕਿ ਮੈਂ ਇੱਕ ਨਿਮਾਣੇ ਸਿੱਖ ਦੀ ਤਰ੍ਹਾਂ ਪੇਸ਼ ਹੋਵਾਂਗਾ, ਔਰ ਜੋ ਮੈਨੂੰ ਹੁਕਮ ਲਾਇਆ ਜਾਏਗਾ ਮੈਂ ਉਸਨੂੰ ਮੰਨਾਂਗਾ। ਤਾਂ ਸ਼ਰਨਜੀਤ ਢਿੱਲੋਂ, ਗੁਲਜ਼ਾਰ ਸਿੰਘ ਰਣੀਕੇ ਔਰ ਉਸਦੇ ਨਾਲ ਸੁਖਬੀਰ ਸਿੰਘ ਬਾਦਲ ਪਹੁੰਚੇ ਆ। ਤਾਂ ਕਈ ਸਾਥੀਆਂ ਨੂੰ ਨਾਲ ਲੈ ਕੇ ਪਹੁੰਚੇ ਸੁਖਬੀਰ ਸਿੰਘ ਬਾਦਲ। ਹਾਲਾਂਕਿ ਸਪਸ਼ਟੀਕਰਨ ਕੀ ਦਿੰਦੇ ਆ, ਅਹਿਮ ਗੱਲ ਇਹ ਹੈ ਕਿ ਕੱਲ੍ਹ ਅਕਾਲ ਤਖ਼ਤ ਸਾਹਿਬ ਦੇ ਵੱਲੋਂ ਤਨਖਾਹੀਆ ਕਰਾਰ ਸੁਖਬੀਰ ਸਿੰਘ ਬਾਦਲ ਉਹਨਾਂ ਨੂੰ ਦਿੱਤਾ ਗਿਆ ਸੀ। ਸਭ ਤੋਂ ਵੱਡਾ ਮਸਲਾ ਡੇਰੇ ਵਾਲੇ ਨੂੰ ਮੁਆਫ਼ੀ ਦੇਣ ਦਾ ਔਰ ਕੇਸ ਵਾਪਸ ਲੈਣ ਦਾ ਪੂਰਾ ਮਸਲਾ ਜਿਹੜਾ, ਉਸ ਨੂੰ ਲੈ ਕੇ ਸਵਾਲ ਲਗਾਤਾਰ ਵਿਰੋਧੀਆਂ ਨੇ ਵੀ ਚੁੱਕੇ, ਬਾਗੀ ਧੜੇ ਦੇ ਲੀਡਰਾਂ ਨੇ ਵੀ ਸਵਾਲ ਚੁੱਕੇ ਨੇ, ਔਰ ਸਵਾਲ ਵਾਰ ਵਾਰ ਖੜ੍ਹੇ ਹੋ ਰਹੇ ਸੀ ਇਸ ਚੀਜ਼ ਦੇ ਉੱਪਰ ਕਿ ਆਖਿਰਕਾਰ ਮੁਆਫ਼ੀ ਕਿਉਂ ਨਹੀਂ ਮੰਗੀ ਜਾਂਦੀ। ਜਿਹੜਾ ਪੁਸ਼ਾਕ ਵਾਲਾ ਮਸਲਾ ਸੀ ਉਸ ਨੂੰ ਲੈ ਕੇ ਵੀ ਸਵਾਲ ਉੱਠ ਰਹੇ ਸੀ, ਹਾਲਾਂਕਿ ਸਪਸ਼ਟੀਕਰਨ ਉਹਨਾਂ ਦੇ ਵੱਲੋਂ ਦਿੱਤਾ ਵੀ ਗਿਆ। ਪਰ ਜਿਸ ਤਰੀਕੇ ਦੇ ਨਾਲ ਪਿਛਲੇ ਦਿਨਾਂ ਦੇ ਵਿੱਚ ਪੋਲੀਟਿਕਸ ਦੇ ਵਿੱਚ ਹਿਲਜੁਲ ਹੋਈ ਹੈ ਵੱਡੀ, ਔਰ ਸੁਖਬੀਰ ਸਿੰਘ ਬਾਦਲ ਹੁਣਾਂ 'ਤੇ ਸਵਾਲ ਖੜ੍ਹੇ ਹੋ ਰਹੇ ਸੀ, ਔਰ ਹੁਣ ਇਹ ਮਸਲਾ ਹੈ ਜਿਸ ਤਰੀਕੇ ਦੇ ਨਾਲ ਕਿ ਸੁਖਬੀਰ ਸਿੰਘ ਬਾਦਲ ਨੂੰ ਤਨਖਾਹੀਆ ਐਲਾਨਿਆ ਗਿਆ, ਤਨਖਾਹੀਆ ਕਰਾਰ ਦਿੱਤਾ ਹੈ। ਔਰ ਉੱਥੇ ਵਿਰਸਾ ਸਿੰਘ ਵਲਟੂਆ ਹੁਣਾਂ ਨਾਲ ਕੱਲ੍ਹ ਗੱਲ ਹੋਈ, ਉਹ ਕਹਿੰਦੇ ਕਿ ਉਹਨਾਂ ਚਿਰ ਗੱਲ ਨਹੀਂ ਕਰਨਗੇ ਜਦੋਂ ਤੱਕ ਸੁਖਬੀਰ ਸਿੰਘ ਬਾਦਲ ਇਹ ਪੂਰਾ ਪ੍ਰੋਸੈਸ ਜੋ ਹੈ ਉਹ ਕੰਪਲੀਟ ਨਹੀਂ ਕਰ ਲੈਂਦੇ, ਔਰ ਜਦੋਂ ਤੱਕ ਸਜ਼ਾ ਲੈ ਕੇ ਆਪਣੀ ਸਜ਼ਾ ਪੂਰੀ ਕਰਕੇ ਆਪਣਾ ਪੂਰਾ ਜੋ ਪ੍ਰੋਸੈਸ ਚੋਂ ਨਿਕਲ ਨਹੀਂ ਜਾਂਦੇ ਫਿਰ ਉਹੀ ਸੁਖਬੀਰ ਬਾਦਲ ਨਹੀਂ ਬਣ ਜਾਂਦੇ, ਉਦੋਂ ਤੱਕ ਉਹ ਗੱਲਬਾਤ ਨਹੀਂ ਕਰਨਗੇ। ਔਰ ਨਾਲ ਹੀ ਕੱਲ੍ਹ ਜਦੋਂ ਤਨਖਾਹੀਆ ਕਰਾਰ ਦਿੱਤਾ ਗਿਆ ਉਸ ਤੋਂ ਬਾਅਦ ਦੀ ਇਹ ਗੱਲ ਹੈ, ਔਰ ਬੀਬੀ ਜਗੀਰ ਕੌਰ ਹੁਣਾਂ ਦੇ ਨਾਲ ਵੀ ਗੱਲ ਹੋਈ, ਹੋਰ ਵੀ ਕਈ ਲੀਡਰਾਂ ਨਾਲ ਗੱਲ ਹੋਈ। ਤਾਂ ਮਸਲਾ ਪੂਰਾ ਇਸੇ ਚੀਜ਼ ਨੂੰ ਲੈ ਕੇ ਹੀ ਹੈ ਕਿ ਪ੍ਰਧਾਨਗੀ ਛੱਡਣ ਸੁਖਬੀਰ ਸਿੰਘ ਬਾਦਲ, ਔਰ ਕਿਉਂਕਿ ਬਾਗੀ ਧੜਾ ਕਹਿ ਰਿਹਾ ਕਿ ਜਿਹੜੀਆਂ ਗਲਤੀਆਂ ਗੁਨਾਹ ਹੋਏ ਆ ਉਹਨਾਂ ਦੇ ਲਈ ਸੁਖਬੀਰ ਸਿੰਘ ਬਾਦਲ ਜ਼ਿੰਮੇਵਾਰ ਹੈ, ਔਰ ਉਹਨਾਂ ਦੀ ਅਗਵਾਈ ਦੇ ਵਿੱਚ ਇਹ ਸਭ ਕੁਝ ਹੋਇਆ। ਉਹਨਾਂ ਦੀ ਅਗਵਾਈ ਦੇ ਵਿੱਚ ਵਾਲੀ ਸਰਕਾਰ ਸੀ ਜਿਹੜੀ, ਹਾਲਾਂਕਿ ਡਿਪਟੀ CM ਸੀਗੇ ਉਦੋਂ, ਹੋਮ ਮਿਨਿਸਟਰ ਸੀ ਸੁਖਬੀਰ ਸਿੰਘ ਬਾਦਲ, ਉਦੋਂ ਜਿਹੜੀਆਂ ਗਲਤੀਆਂ ਗੁਸਤਾਖੀਆਂ ਹੋਈਆਂ ਉਹਨਾਂ ਦੇ ਲਈ ਉਹਨਾਂ ਨੂੰ ਮੁਆਫ਼ੀ ਮੰਗਣੀ ਚਾਹੀਦੀ ਆ। ਔਰ ਹਾਲਾਂਕਿ ਸੁਖਬੀਰ ਸਿੰਘ ਬਾਦਲ ਹੁਣਾਂ ਨੇ ਵੀ ਸਪਸ਼ਟੀਕਰਨ ਪਿਛਲੇ ਦਿਨੀ ਪ੍ਰਤੀਕਰਮ ਦਿੱਤਾ ਕਿ ਉਹ ਜਿੱਦਾਂ ਵੀ ਕੋਈ ਫੈਸਲਾ ਹੋਊਗਾ ਉਸ ਨੂੰ ਮੰਨਣ ਨੂੰ ਤਿਆਰ ਨੇ। ਤਾਂ ਔਰ ਉਸ ਤੋਂ ਬਾਅਦ ਹੁਣ ਕੀ ਕਿਹੜੀਆਂ ਚੀਜ਼ਾਂ ਨੂੰ ਲੈ ਕੇ ਸਪਸ਼ਟੀਕਰਨ ਕੀ ਦਿੰਦੇ ਆ ਸੁਖਬੀਰ ਸਿੰਘ ਬਾਦਲ, ਅੱਜ ਪੇਸ਼ ਤਾਂ ਹੋਇਆ, ਹਾਲਾਂਕਿ 15 ਦਿਨਾਂ ਦਾ ਸਮਾਂ ਦਿੱਤਾ ਗਿਆ ਸੀ, ਪਰ ਕਿਹੜੀਆਂ ਕਿਹੜੀਆਂ ਗੱਲਾਂ ਰੱਖਣਗੇ ਸ਼੍ਰੀ ਅਕਾਲ ਤਖਤ ਸਾਹਿਬ 'ਤੇ ਇਹ ਦੇਖਣਾ ਹੋਏਗਾ। ਪਰ ਸੁਖਬੀਰ ਬਾਦਲ ਪਹੁੰਚ ਗਏ ਆ, ਤਨਖਾਹੀਆ ਕਰਾਰ ਦਿੱਤੇ ਜਾਣ ਤੋਂ ਬਾਅਦ ਸ਼੍ਰੀ ਅਕਾਲ ਤਖਤ ਸਾਹਿਬ 'ਤੇ ਪੇਸ਼ ਹੋਏ ਆ, ਕੀ ਭੁੱਲਾਂ ਬਖਸ਼ਾਉਂਦੇ ਆਪਣੀਆਂ, ਕੀ ਗਲਤੀਆਂ ਕਿਹੜੀਆਂ ਕਿਹੜੀਆਂ ਉਹ ਮੰਨਦੇ ਆ ਸ਼੍ਰੀ ਅਕਾਲ ਤਖਤ ਸਾਹਿਬ 'ਤੇ ਜਾ ਕੇ, ਇਹ ਦੇਖਣਾ ਕਾਫੀ ਅਹਿਮ ਹੋਏਗਾ। ਕਿਉਂਕਿ ਪੂਰੀ ਪੋਲੀਟਿਕਸ ਜਿਹੜੀ ਆ ਉਹ ਦੇਖ ਰਹੇ, ਪੂਰੀ ਜੋ ਪੋਲੀਟਿਕਸ ਆ ਉਹ ਇਸੇ ਪਾਸੇ ਲੱਗੀ ਹੋਈ ਆ, ਪੂਰਾ ਲੋਕਾਂ ਦਾ ਧਿਆਨ ਇਸੇ ਪਾਸੇ ਆ, ਭਾਵੇਂ ਪੋਲੀਟੀਸ਼ੀਅਨਸ ਹੋਣ ਜਾਂ ਫਿਰ ਆਮ ਲੋਕ, ਕਿ ਆਖਿਰਕਾਰ ਸੁਖਬੀਰ ਸਿੰਘ ਬਾਦਲ ਹੁਣੀ ਅਗਲਾ ਮੂਵ ਕੀ ਲੈਂਦੇ ਆ, ਸੁਖਬੀਰ ਸਿੰਘ ਬਾਦਲ ਹੁਣਾਂ ਨੂੰ ਲੈ ਕੇ ਅਗਲਾ ਫੈਸਲਾ
ਕੀ ਆਉਂਦਾ। ਹਾਲਾਂਕਿ ਅੱਜ ਸਪਸ਼ਟੀਕਰਨ ਦੇਣਗੇ, ਉਸ ਤੋਂ ਬਾਅਦ ਸਿੰਘ ਸਾਹਿਬਾਨਾਂ ਦੀ ਮੀਟਿੰਗ ਹੋਣੀ ਹੈ। ਮੀਟਿੰਗ ਦੇ ਵਿੱਚ ਇਸ ਨੂੰ ਲੈ ਕੇ ਫੈਸਲਾ ਲਿਆ ਜਾਣਾ ਕਿ ਸੁਖਬੀਰ ਸਿੰਘ ਬਾਦਲ ਉਹਨਾਂ ਨੂੰ ਕੀ ਸਜ਼ਾ ਦਿੱਤੀ ਜਾਣੀ ਹੈ, ਕਿ ਉਹਨਾਂ ਨੂੰ ਲੈ ਕੇ ਫੈਸਲਾ ਦਿੱਤਾ ਜਾਣਾ। ਤਾਂ ਡਾਕਟਰ ਦਲਜੀਤ ਚੀਮਾ ਕੁਝ ਕਹਿ ਰਹੇ ਨੇ, ਡਾਕਟਰ ਦਲਜੀਤ ਚੀਮਾ ਮੀਡੀਆ ਦੇ ਨਾਲ ਗੱਲਬਾਤ ਕਰਦੇ ਨਜ਼ਰ ਆ ਰਹੇ ਸੀ, ਸੁਣ ਲੈਂਦੇ ਹਾਂ ਕੀ ਗੱਲਬਾਤ ਹੋਈ ਹੈ। ਉਸ ਤੋਂ ਬਾਅਦ ਜਿਹੜਾ ਪਹਿਲਾਂ ਸਿੰਘ ਸਾਹਿਬ ਨੂੰ ਮਿਲਣ ਤੋਂ, ਸਿੰਘ ਸਾਹਿਬ ਨੂੰ ਮਿਲਣ ਤੋਂ ਬਾਅਦ ਮੈਂ ਆਰਾਮ ਨਾਲ ਗੱਲ ਕਰਾਂ, ਸਾਰਿਆਂ ਨੂੰ ਬੇਨਤੀ ਪਹਿਲਾਂ ਮਿਲਣ ਤੋਂ ਬਾਅਦ ਮੈਂ ਗੱਲ ਕਰਾਂ। ਸਾਨੂੰ ਤਾਂ ਹੁਕਮ ਹੋਇਆ ਸੀ, ਅਸੀਂ ਆ ਗਏ ਹੌਲੀ ਹੌਲੀ ਸਾਰੇ ਆ ਜਾਣਗੇ। ਸਾਨੂੰ ਹੁਕਮ ਹੋਇਆ ਸੀ, ਮੈਂ ਆ ਗਿਆ, ਰਾਣੀ ਕੇ ਸਾਹਿਬ ਆ ਗਏ, ਬਾਕੀ ਵੀ ਇਸੇ ਤਰ੍ਹਾਂ ਸਾਰਿਆਂ ਵਾਸਤੇ ਆ। ਮੈਂ ਅੰਦਰ ਮਿਲ ਕੇ ਤੁਹਾਨੂੰ ਸਾਰਿਆਂ ਦੇ ਨਾਮ ਦੱਸ ਦਿੰਦਾ।